50 ਜਿਹੇ ਸਰਪੰਚੀ ਦੀ ਚੋਣਾਂ ਲੈ ਕੇ ਖਾੜਾਪੁਰੀ ਦਾ ਭਗ ਚੋ ਲਿਆ ਇਸ ਕਰਕੇ ਵੀ ਦੇਖੋ ਵੀ ਕਈ ਜਗ੍ਹਾ ਪਿੰਡਾਂ ਵਿੱਚ ਸਰਪੰਚੀ ਦਾ ਦੋ-ਦੋ ਕਰੋੜੀ ਬੋਲੀ ਲਗਾਈ ਜਾ ਰਹੀ ਹੈ ਕਈ ਜਗ੍ਹਾ ਸਰਪੰਚੀ ਨੂੰ ਲੈ ਕੇ ਕੱਦ ਤੱਕ ਹੋ ਰਹੇ ਨੇ ਲੇਕਿਨ ਇੱਕ ਭੈਣੀ ਮੀਆਂ ਖਾਸ ਚੜਵੀ ਪੱਤੀ ਕਹੋ ਜਿਆ ਪਿੰਡ ਆ ਜਿੱਥੇ ਸਰਕਾਰ ਵੱਲੋਂ ਸਰਸੰਦੀਆਂ ਦਾ ਸਰਪੰਚ ਚਰਨਜੀਤ ਨੂੰ ਬਣਾਤਾ ਕਰੋ ਪਿੰਡ ਵਾਲਿਆਂ ਵੀ ਸਹਿਯੋਗ ਦੇ ਕੇ ਸਰਸੰਦੀ ਸੰਮਝ ਬਣਾਤਾ ਗਿਆ ਕਿਉਂਕਿ ਦੂਜੀ ਵਾਰੀ ਪੰਚ ਸੰਮਤੀ ਹੋਈ ਆ ਔਰ ਜਿਹੜੇ ਪਿੰਡ ਦੇ ਸਾਥਕਾ ਸਮਝ ਉਹ ਇੱਥੇ ਮੌਜੂਦ ਨੇ ਔਰ ਜਿਹੜੇ ਚਰਨਜੀਤ ਨੇ ਸਰਪੰਚ ਬਣੇ ਨੇ ਉਹ ਵੀ ਸਾਡੇ ਮੌਜੂਦ ਸਭ ਤੋਂ ਪਹਿਲਾਂ ਜੇ ਮੈਂ ਆਪਣੇ ਪਿੰਡ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਆ ਜਿਨ੍ਹਾਂ ਨੇ ਬਹੁਤ ਵੱਡਾ ਮੇਰੇ ਤੇ ਵਿਸ਼ਵਾਸ ਕੀਤਾ ਆ ਔਰ ਮੈਂ ਉਮੀਦ ਕਰਦਾ ਆ ਕਿ ਇਸ ਵਿਸ਼ਵਾਸ ਤੇ ਖਰਾ ਉਤਰਾਂਗਾ ਜੀ ਲੋਕੇ ਚ ਸਰਪੰਚੀਆਂ ਨੂੰ ਲੈਣ ਵਾਸਤੇ ਬੜੇ ਬੋਲੀਆਂ ਲੱਗ ਰਹੀਆਂ ਬੜਾ ਖਰਚਾ ਕਿ ਤੁਹਾਡੇ ਹੋਰ ਕਿਦਾਂ ਦਾ ਖਰਚਾ ਕਰਨ ਦੀ ਲੋੜ ਵੀ ਜਾਂ ਫ੍ਰੀ ਚ ਲੋਕਾਂ ਬਣਾਤਾ ਸਰ ਬਿਲਕੁਲ ਜੀ ਬਹੁਤ ਵੱਡਾ ਮਾਣ ਬਖਸ਼ਿਆ ਜੀ ਮੈਨੂੰ ਮੇਰੇ ਪਰਿਵਾਰ ਤੇ ਪਿੰਡ ਵਾਲਿਆਂ ਨੇ ਔਰ ਮੈਂ ਕੋਸ਼ਿਸ਼ ਕਰਾਂਗਾ ਜੀ ਬਤ ਉਹਦੇ ਜਿੰਨੇ ਕੰਮ ਹੋ ਸਕਦੇ ਜਿਹੜੇ ਕੁਝ ਕੰਮ ਰਹਿ ਗਏ ਨੇ ਉਹ ਵੀ ਕੰਮ ਆਪਾਂ ਕਰਾਂਗੇ ਜੀ ਜਿਹੜੇ ਲੋਕ ਸਰਪੰਚੀ ਉੱਤੇ ਬੋਲੀਆਂ ਲਾ ਰਹੇ ਜਾਂ ਲੜਾਈਆਂ ਕਰ ਰਹੇ ਜਾਂ ਖਰਚਾ ਕਰ ਰਹੇ ਉਹਨਾਂ ਨੂੰ ਕੀ ਸਿਖਾਉਣ ਦਾ ਚਾਹੋਗੇ ਸਰ ਇਹ ਜਿਹੜੀ ਇਲੈਕਸ਼ਨ ਆ ਸਾਡੀ ਪੰਚਾਇਤੀ ਇੱਕ ਪਰਿਵਾਰਕ ਇਲੈਕਸ਼ਨ ਹੈ ਜੀ ਆਪਾਂ ਚਾਹੁੰਦੇ ਹਾਂ ਜੀ ਇਹ ਬੋਲੀਆਂ ਨਾਲ ਨਹੀਂ ਇੱਕ ਪਰਿਵਾਰ ਇਕੱਠਾ ਹੋ ਕੇ ਜਿਹਨੂੰ ਚੁਣ ਜਿਹੜਾ ਸਿਆਣਾ ਬੰਦਾ ਹੋਵੇ ਉਹਨੂੰ ਇਹਦਾ ਮਾਣ ਮਿਲਣਾ ਚਾਹੀਦਾ ਜੀ ਤੁਸੀਂ ਇੱਕ ਕਾਰੋਬਾਰੀ ਵੀ ਚੰਗਾ ਕਾਰੋਬਾਰ ਕਰਦਾ ਤੁਹਾਡਾ ਪਰਿਵਾਰ ਫੇਰ ਵੀ ਤੁਸੀਂ ਸਰਪੰਚੀ ਜਾਣਾ ਜਦ ਕਿ ਕੀ ਮੰਚ ਪਾਉਣਾ ਲੈ ਕੇ ਕਿਉ ਸਾਡਾ ਪਰਿਵਾਰ ਤੇ ਇੰਟਰਸਟਿੰਡ ਇਸ ਸੀਸ ਪਾਸੇ ਜੀ ਪੂਰੀ ਸੰਗਤ ਦਾ ਆਪਾਂ ਹੁਕਮ ਸਿਰ ਮੱਥੇ ਜੀ ਸਾਡੇ ਇਥੇ ਮੌਜੂਦ ਨੇ ਵੇਖੋ ਸਾਫ ਕਸਪਾ ਦੀ ਗੋਪੀ ਜਣਾ ਵੀ ਸਰਸੰਤੀ ਦੇ ਲੋਕਾਂ ਬਣਾਇਆ ਸੀ ਇਹਨਾਂ ਗੱਲ ਗੱਲ ਸਰ ਪਿੰਡ ਦਾ ਸਰਪੰਚ ਚੁਣਿਆ ਗਿਆ ਸਰਸੰਤੀ ਨਾਲ ਕੀ ਸੋਚ ਕੇ ਚੁਣਿਆ ਕਿ ਕਾਰੋਬਾਰੀ ਬੰਦੇ ਨਾਲ ਕੋਈ ਟਾਈਮ ਹੈਗਾ ਪਰ ਕੀ ਕੀ ਕੰਮ ਉਮੀਦ ਕਰ ਦੇਣਾ ਤੋਂ ਸੱਸੀ ਗਾਲ ਜੀ ਪਹਿਲਾਂ ਮੈਂ ਨਗਰ ਭੈਣੀ ਮੀਆਂ ਖਾਂਵਲੇ ਲੂਜ ਰੇਟਿੰਗ ਦਾ ਧੰਨਵਾਦੀ ਹਾਂ ਜਿਹੜੇ ਸਾਡੇ ਨਗਰ ਵਿੱਚ ਪਹੁੰਚੇ ਨੇ ਆਪਾਂ ਨਾ ਤਿੰਨ ਕੈਂਡੀਡੇਟ ਖੜੋਤੇ ਸੀ ਇੱਕ ਮੈਂ ਸੀ ਇੱਕ ਹਰਦੀਪ ਸੀ ਇੱਕ ਮੁੰਡਾ ਗੁਰਵਿੰਦਰ ਰਿਆੜ ਸੀ ਸਾਰੇ ਨਗਰ ਨੇ ਫੈਸਲਾ ਕੀਤਾ ਪਿਆਰ ਦੀ ਸਰਬਸੰਮਤੀ ਕਰਨੀ ਹੈ ਪਹਿਲੀ ਵਾਰ ਮਰਤੇ ਹੋਈ ਦੂਸਰੇ ਚਰਨ ਜੀ ਨੂੰ ਠੇਕੇਦਾਰ ਤੇ ਕੀਤੀ ਆ ਤਾਂ ਕਰ ਕੀਤੀ ਆ ਵੀ ਨਗਰ ਦਾ ਪਿਆਰ ਬਣਿਆ ਰਹੇ ਲੋਕਾਂ ਨੂੰ ਮੈਸੇਜ ਜਾਵੇ ਵਧੀਆ ਮੈਸੇਜ ਜਾਵੇ ਕਿ ਲੱਗ ਲੱਗੇ ਜਿਹੜੇ ਆਪਣਾ ਇਲਾਕਾ ਬੇੜ ਇਲਾਕਾ ਵਾ ਪਛੜਾ ਇਲਾਕਾ ਵਾ ਇਹਦੇ ਵਿੱਚ ਪਿਆਰ ਭਾਵਨਾ ਵਧੇ ਤੇ ਹੁਣ ਕਿਦਾਂ ਦੇ ਕੰਮ ਜਿਹੜੇ ਜਿਹੜੇ ਕੰਮ ਤੁਸੀਂ ਵੀ ਸਰਪੰਚ ਜੀ ਨੇ ਕੀਤਾ ਹੁਣ ਜਿਹੜੇ ਇਹੋ ਜਿਹੇ ਕਿਹੜੇ ਕੰਮ ਰਹਿ ਗਏ ਜਿਹੜੇ ਤੁਸੀਂ ਤਾਂ ਉਮੀਦ ਕਰਦੇ ਹੋਣ ਦੋ ਬਸ਼ੰਮ ਜੀ ਤੁਹਾਨੂੰ ਪਤਾ ਵਾ ਤੁਸੀਂ ਮੇਰੇ ਪਰਿਵਾਰਿਕ ਰਿਲੇਸ਼ਨ ਜੇ ਤੁਹਾਡਾ ਨਾਂ ਮੇਰੇ ਨੇ ਆਪਾਂ ਸਮਾਜ ਨੂੰ ਚੰਗੀ ਸਿਹਤ ਦੇਣੀ ਚਾਹੁੰਦੇ ਆ ਸਾਰਾ ਨਗਰ ਇਕੱਠਾ ਹੋ ਕੇ ਚੰਗੇ ਸਮਾਜ ਸੇਵੀ ਕੰਮ ਕਰੇ ਨਗਰ ਨੂੰ ਚੰਗੇ ਬਣੇ ਮਾਰ ਲੈ ਕੇ ਜਾਵੇ ਜਿਹੜੇ ਕੋਈ ਸਮਾਜ ਕੁਰੀਤੀਆਂ ਨੇ ਉਹਨਾਂ ਨੂੰ ਦੂਰ ਕੀਤਾ ਜਾਵੇ ਤੁਹਾਨੂੰ ਪਤਾ ਵੀ ਮੈਂ ਸ਼ੇਰੇਪੁਰਾ ਸੋਸਾਇਟੀ ਦਾ ਵੀ ਮੈਂਬਰ ਹਾਂ ਆਲਨੀਆਂ ਕਮੇਡੀਆਂ ਸੁਣਦਾ ਮੈਂਬਰ ਹਾਂ ਤੁਹਾਨੂੰ ਪਤਾ ਤੇ ਆਪਾਂ ਚਾਹੁੰਦੇ ਸਾਰਾ ਨਗਰ ਇਕੱਠਾ ਹੋ ਕੇ ਇੱਕ ਮੰਚ ਤੇ ਇਕੱਠਾ ਫੈਸਲਾ ਜਿਤਨਾ ਪਰਾਂਏ ਸੱਥਾਂ ਦੇ ਵਿੱਚ ਫੈਸਲੇ ਹੁੰਦੇ ਸੀ ਉਹੋ ਜਿਹਾ ਆਪਾਂ ਸੰਦੇਸ਼ ਦੇਣਾ ਚਾਹੁੰਦੇ ਆ ਜਿਤਨਾ ਤੁਸੀਂ ਜਾਣਦੇ ਹੋ ਪੀ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੇ ਪਿੰਡ ਸਤੋਜ ਵਿੱਚ ਵੀ ਮੁ ਆਪਣੀ ਸਰਭਸ਼ੰਤੀ ਨਹੀਂ ਹੋਈ ਚਾਰ ਮਹੀਨੇ ਇਲੈਕਸ਼ਨ ਲੜਨ ਦੇ ਉਥੇ ਉੱਥੇ ਨੇ ਅਪੀਲ ਵੀ ਕੀਤੀ ਸੀ ਮੁੱਖ ਮੰਤਰੀ ਸਾਹਿਬ ਨੇ ਵੀ ਮੇਰੇ ਬਾਅਦ ਸਰਪ ਹੋ ਗਈ ਉਥੇ ਵੀ ਹੋ ਗਈ ਇਹ ਤਾਂ ਚਲੋ ਧੰਨਵਾਦ ਹੁਣ ਉਹ ਸੁਪਿੰਡ ਦਾ ਵੀ ਧੰਨਵਾਦ ਜਿਹਨਾਂ ਸਰਪੰਚ ਦੀ ਕੀਤੀ ਸਾਡੇ ਗਰਦਾਸਪੁਰ ਚ ਬਹੁਤ ਜ਼ਿਆਦਾ ਸਰਪੰਚੀ ਹੋਈਆਂ ਅੱਜ ਕੀ ਤੁਸੀਂ ਅਹੀਂ ਸਾਡੇ ਨਾਲ ਸਰਪੰਚ ਸਾਹਿਬ ਮੌਜੂਦ ਸਾਹਿਬ ਕੀ ਤੁਸੀਂ ਕੰਮ ਜਿਹੜਾ ਕਰਨਾ ਸੰਭਲ ਮਨ ਚ ਕੀ ਸੁਪਨਾ ਹੈ ਜਿਹੜਾ ਕਰਨ ਪੂਰਾ ਕਰਨਾ ਚਾਹੁੰਦੇ ਸਰ ਇੱਕ ਤੇ ਆਪਾਂ ਚਾਹੁੰਦੇ ਆ ਜੇ ਖੇਡਾਂ ਨੂੰ ਪ੍ਰਮੋਟ ਕੀਤਾ ਜਾਏ ਜੀ ਆਪਾਂ ਇੱਥੇ ਸਰਕਾਰ ਕੋਲੋਂ ਆਪਾਂ ਸਟੇਡੀਅਮ ਮੰਗਈਏ ਠੀਕ ਹੈ ਜੀ ਉਹਨਾਂ ਕੋਲੋਂ ਆਪਾਂ ਹੋਰ ਸਮਾਨ ਜੋ ਵੀ ਸਾਨੂੰ ਖੇਡਾਂ ਦਾ ਸਮਾਨ ਆ ਉਹ ਸਾਰਾ ਲਈ ਉਹਨਾਂ ਕੋਲੋਂ ਜੀ ਸਾਣਾ ਕੁਛ ਪਿੰਡ ਦੇ ਹੋ ਰੋਗ ਮੌਜੂਦ ਨੇ ਗੱਲ ਵਗਾਂ ਸਰ ਤੁਸੀਂ ਸਰਸੰਤੀ ਨਾਲ ਸਰਮੈਂਚ ਚੋਣਿਆ ਕਿਦਾਂ ਲੱਗਦਾ ਕੀ ਫਾਂਸਾ ਲੈ ਕੇ ਚੋਣਿਆ ਕੀ ਉਮੀਦਾਂ ਕਰਦੇ ਨੇ ਤੋ ਅਸੀਂ ਇਹਨਾਂ ਤੋਂ ਬਹੁਤ ਉਮੀਦਾਂ ਕਰਦੇ ਆਂ ਜੀ ਵਧੀਆ ਇਕੱਲੇ ਆਪਣੇ ਘਰਵਾਰੀ ਨੇ ਕਿਹੇ ਪਾਰਟੀ ਨਾਲ ਸੰਬੰਧ ਰੱਖਦੇ ਸਾਂਝੇ ਬੰਦੇ ਨੇ ਬਾਕੀ ਅਸੀਂ ਇਹਨਾਂ ਨੂੰ ਮਤਲਬ ਕਿ ਬੈਂਦੀਦ ਕਰਾਂਗੇ ਕਿ ਜਿੰਦਾ ਗਰੀਬ ਪਰਿਵਾਰਾਂ ਦੇ ਬੱਚੇ ਆਗੇ ਆ ਉਹ ਭਾਵੇਂ ਸਾਰਿਆਂ ਕੋਲ ਛੋਟੇ ਛੋਟੇ ਪੈਸੇ ਲੈ ਕੇ ਇਕੱਠੇ ਕਰਕੇ ਤੇ ਉਹਨਾਂ ਨੂੰ ਫ੍ਰੀ ਭਰਾ ਜਾਵੇ ਤੇ ਬਾਕੀ ਪਿੰਡ ਦੇ ਜਿਹੜੇ ਫੈਸਲੇ ਆਗੇ ਨਾਲ ਸਾਥ ਵਿੱਚ ਕੀਤੇ ਜਾਣ ਥਾਣਿਆਂ ਥਾਣਿਆਂ ਵਿੱਚ ਨਾ ਜਾਏ ਜਵੇ ਤੇ ਬਾਕੀ ਹੋਰ ਜੋ ਵੀ ਪਿੰਡ ਦਾ ਵਿਕਾਸ ਹੋਏਗਾ ਰਲ ਮਿਲ ਕੇ ਸਾਰਿਆਂ ਦੀ ਸਲਾਹ ਨਾਲ ਜੋ ਰਹਿ ਗਿਆ ਪਹਿਲੇ ਸਰਪੰਚਾ ਕੋ ਅਧੂਰਾ ਰਹਿ ਗਿਆ ਉਹ ਅਸੀਂ ਪੂਰਾ ਕਰਾਂਗੇ ਤੁਸੀਂ ਦੱਸੋ ਵੀ ਇਹ ਪਿੰਡ ਦੇ ਸਰਪੰਚੇ ਤੋਂ ਸਾਬਕਾ ਸਮਝ ਤੋਂ ਇਲਾਵਾ ਪਿੰਡ ਦੇ ਲੋਕ ਜਿਨ੍ਹਾਂ ਦਾ ਕਹਿਣਾ ਜੀ ਇਹ ਜਿਹੜੀ ਸਰਵਸੰਮਤੀ ਕੀਤੀ ਹੈ ਉਹ ਸਰਕਾਰ ਵੱਲੋਂ ਸਰਵਸੰਮਤੀ ਕਰਾਈ ਗਿਆ ਅਸੀਂ ਇਹ ਚੀਜ਼ ਦਾ ਸਰਕਾਰ ਨਾਲ ਧਰਮ ਕਰਦੇ ਹਾਂ ਔਰ ਜਿਹੜੇ ਪਿੰਡ 'ਚ ਰਹਿ ਕੇ ਕੰਮ ਨੂੰ ਪੂਰੇ ਕਰਨ ਦਾ ਕੋਸ਼ਿਸ਼ ਕਰਾਂਗੇ ਔਰ ਲੋਕਾਂ ਦੇ ਜਿਹੜੇ ਸੁਪਨੇ ਨੇ ਲੋਕਾਂ ਨੂੰ ਉਮੀਦਾਂ ਨੇ ਉਹ ਪੂਰੀਆਂ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹੜੇ ਪੰਜਾਬ ਦੇ ਲਈ ਖਾਂ ਤੋਂ ਬਜੰਬਰ ਬਿੱਟੋ